ਮਸਾਲਾ ਕੀ ਹੋਇਆ ਲੱਡੂ? ਕੀ ਹੋਇਆ? ਬਣਾ ਦੋ ਬਣਾ ਦੋ ਨਾ। ਕਿਤੇ ਸਾਡੇ ਘਰ ਦੇ ਵਿੱਚ ਦਿਨ ਦਿਹਾੜੇ ਕੋਈ ਚੋਰ ਤਾਂ ਨਹੀਂ ਆਉਣ ਦੀ ਕੋਸ਼ਿਸ਼ ਕਰ ਰਿਹਾ? ਹੈਲੋ ਗਾਈਜ਼, ਗੁੱਡ ਮਾਰਨਿੰਗ। ਅੱਜ ਆਪ ਵਲੌਗ ਕੀ ਸਟਾਰਟਿੰਗ ਕਰ ਰਹੇ ਹੈ ਮੇਰੇ ਸਾਥ, ਮਤਲਬ ਕਿ ਇਸ ਘਰ ਕੀ ਹੋਮ ਮਿਨਿਸਟਰੀ ਕੇ ਸਾਥ। ਤੋ ਮੈਨੇ ਆਪਣੇ ਸਾਰੇ ਕਾਮ ਸ਼ੁਰੂ ਕਰ ਦੀਏ ਹੈ। ਮੈਂ ਆਪਕੋ ਦਿਖਾਤੀ ਜਾਊਂਗੀ ਕਿ ਮੈਂ ਪੂਰੇ ਦਿਨ ਮੈਂ ਇਸ ਪੂਰੇ ਘਰ ਪੇ ਆਪਣਾ ਰਾਜ ਕੈਸੇ ਚਲਾਤੀ ਹੂੰ। ਤੋ ਚਲੋ ਆਜ ਕਾ ਵਲੌਗ ਕਰਤੇ ਹੈ ਸ਼ੁਰੂ। ਤੇ ਆ ਚੈੱਕ ਕਰੋ, ਆ ਪੂਰੇ ਕਮਰੇ ਦੇ ਹਾਲ ਚੈੱਕ ਕਰ ਲਓ ਤੇ ਇਹਨੂੰ ਮੈਂ 10 ਮਿੰਟਾਂ ਦੇ ਵਿੱਚ ਤੁਹਾਨੂੰ ਬਿਲਕੁਲ ਕਲੀਅਰ ਕਰਕੇ ਮਿਲਦੀ ਹਾਂ। ਹੁਣ ਮੈਂ ਟੀਵੀ ਬੰਦ ਕਰਨ ਨੂੰ ਕਿਹਾ ਹੋਵੇ ਤੇ ਟੀਵੀ ਨਾ ਬੰਦ ਹੋਏ, ਏਦਾਂ ਕਦੀ ਹੋ ਸਕਦਾ? ਤੇ ਹੁਣ ਇਹ ਚੀਜ਼ ਤੁਹਾਨੂੰ ਮੈਂ ਦਿਖਾਵਾਂ ਕਿ ਮੇਰੇ ਇੱਕ ਵਾਰੀ ਕਿਤੇ ਟੀਵੀ ਬੰਦ ਹੋ ਗਿਆ ਕਿ ਨਹੀਂ ਹੋ ਗਿਆ। ਹੁਣ ਇਹਨੂੰ ਕਿੱਦਾਂ ਘੁਮਾਵਾਂ? ਏਦਾਂ ਆ ਦੇਖੋ, ਇਹਨੂੰ ਕਹਿੰਦੇ ਘਰ ਦੇ ਵਿੱਚ ਹੋਮ ਮਿਨਿਸਟਰੀ ਦਾ ਪੂਰੇ ਤਰੀਕੇ ਦੇ ਨਾਲ ਰੋਬ ਚੱਲਣਾ। ਹੈ ਮੰਮਾ, ਤੁਸੀਂ ਕੱਪੜੇ ਧੋਣੇ? ਤੇ ਕੱਪੜੇ ਹੀ ਧੋਊਂਗੀ, ਜੇ ਤੁਸੀਂ ਇੰਨੇ ਲਾ ਕੇ ਢੇਰ ਲਗਾਇਆ ਤਾਂ ਕੱਪੜੇ ਹੀ ਧੋਊਂਗੀ। ਮਸ਼ੀਨ ਦੇ ਵਿੱਚ? ਕਿਹੜੀ ਮਸ਼ੀਨ ਦੇ ਵਿੱਚ? ਵਾਸ਼ਿੰਗ ਮਸ਼ੀਨ? ਨਹੀਂ, ਹੋਰ ਕਿਹਦੇ ਵਿੱਚ? ਏਦਾਂ ਕਰਦੇ ਆ, ਗਲੀ ਦੇ ਵਿੱਚ ਲੈਂਟਰ ਪੈਣ ਲੱਗਾ, ਉਹ ਲੈਂਟਰ ਵਾਸਤੇ ਉਹ ਕੰਕਰੀਟ ਵਾਲੀ ਮਸ਼ੀਨ ਲੈ ਕੇ ਆ ਰਹੇ ਆ ਨਾ। ਇੱਕ ਕੰਮ ਕਰੋ ਨਾ, ਇਹਦੇ ਮੂੰਹ ਦੇ ਵਿੱਚ ਕੱਪੜੇ ਪਾ ਕੇ ਬਾਅਦ ਚ ਵਿੱਚ ਡਿਟਰਜੈਂਟ ਪਾ ਕੇ ਨਾ। ਨਹੀਂ ਨਹੀਂ, ਲੈਂਟਰ ਪਾਉਣ ਵਾਸਤੇ ਮਸ਼ੀਨ ਲੈ ਕੇ ਆਣ ਲੱਗੇ, ਮੈਂ ਉਹਦੇ ਵਿੱਚ ਕੱਪੜੇ ਪਾਣੀ ਆ ਤੇ ਉਹਦੇ ਵਿੱਚੋਂ ਧਵਾ ਕੇ ਕੱਢ ਲੈਂਦੀ ਆ ਤੇ ਤੁਹਾਨੂੰ ਉਹ ਪਾਣ ਨੂੰ ਦੇ ਦਿੰਦੀ ਆ। ਇਹ ਜਿੱਲੀ ਨੂੰ ਅੱਕਲ ਉਹਨੀ ਕੀ ਜ਼ਿਆਦਾ ਚੱਲਦੀ ਆ? ਅੱਕਲ ਤਾਂ ਵੈਸੇ ਤੈਨੂੰ ਵੀ ਉਹਨੀ ਕੀ ਆ। ਆ ਦੇਖੋ, ਮੇਰੇ ਤੋਂ ਬਾਅਦ ਮੇਰੀ ਇੱਕ ਹੋਰ ਭੈਣ ਨਾਸ਼ਤਾ ਕਰ ਰਹੀ ਆ ਔਰ ਮੈਂ ਤੁਹਾਨੂੰ ਅੱਜ ਦਿਖਾ ਦਾਂ। ਅੱਜ ਤੁਹਾਨੂੰ ਮੈਂ ਦੱਸਦਾ ਕਿ ਅੱਜ ਵਲੌਗ ਦੀ ਵਾਰੀ ਮੇਰੀ ਹੈ ਤੇ ਪੂਰੇ ਤਰੀਕੇ ਨਾਲ ਕੋਆਪਰੇਟ ਕਰਨਾ, ਕੋਸ਼ਿਸ਼ ਕਰਨੀ ਜਿਹਨੇ ਜਿਹਨੇ ਪਹਿਲਾਂ ਵਲੌਗ ਬਣਾਇਆ ਉਹ ਸਾਰਿਆਂ ਤੋਂ ਵਲੌਗ ਸਾਡਾ ਵਧੀਆ ਹੋਣਾ ਚਾਹੀਦਾ। ਚਿਪਲੀ ਗੁੱਡ ਮਾਰਨਿੰਗ ਕਰਦੇ। ਚਿਪਲੀ ਤੋਂ ਵੀ ਗੁੱਡ ਮਾਰਨਿੰਗ ਕਰਦੇ। ਗੁੱਡ ਮਾਰਨਿੰਗ। ਔਰ ਤੁਹਾਨੂੰ ਇੱਕ ਹੋਰ ਚੀਜ਼ ਦੱਸਾਂ, ਕੱਲ੍ਹ ਸਾਡੇ ਛੋਟੇ ਬੱਚਿਆਂ ਦਾ ਹੈਗਾ ਰਿਜ਼ਲਟ ਔਰ ਹੋਪਸ ਸਾਨੂੰ ਪਤਾ ਹੀ ਸਾਡੇ ਬੱਚੇ ਪੜ੍ਹਨ ਦੇ ਵਿੱਚ ਬਹੁਤ ਵਧੀਆ ਵਾ। ਆਹ ਸਾਡੀ ਕਿਚਨ ਦਾ ਹਾਲ ਆ ਤੇ ਹੁਣੇ 10 ਮਿੰਟਾਂ ਦੇ ਵਿੱਚ ਇੱਥੇ ਇੱਕ ਜਿੰਨ ਨੇ ਆਉਣਾ ਔਰ ਜਿੰਨ ਨੇ 10 ਮਿੰਟ 'ਚ ਪੂਰੀ ਸਫਾਈ ਕਰਕੇ ਚਲੇ ਜਾਣਾ। ਆਹ ਦੇਖੋ ਗਾਈਸ, ਦੇਖੀ 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 ਦਿਖਾਈ ਕਰ ਰਿਹਾ, ਨੀਚੇ ਦਿਖਾਈ। ਇਹ ਆਹ ਦੇਖੋ, ਤੁਹਾਨੂੰ ਇੱਕ ਪਹਿਲਵਾਨ ਦਿਖਾਵਾਂ। ਆਹ ਸਾਡੀ ਸੁੱਕੀ ਹੱਡੀ ਨੂੰ ਕਿੱਡਾ ਵੱਡਾ ਕੰਮ ਦਿੱਤਾ, ਏਡਾ ਭਾਰੀ ਬਰਤਨ ਨੂੰ ਚੱਕ ਕੇ ਉੱਪਰ ਰੱਖਣ ਨੂੰ ਦੇ ਦਿੱਤਾ। ਉੱਤਰੀ, ਆਹ ਦੇਖੋ ਜੀ, ਦਿਨ ਆ ਕੇ ਸਾਰੀ ਸਫਾਈ ਕਰ ਗਏ। ਮੈਂ ਤੁਹਾਨੂੰ ਕਿਹਾ ਸੀ ਨਾ ਇੱਕ ਦਿਨ ਆਊਗਾ ਤੇ ਸਾਡੇ ਸਾਰੇ ਭਾਂਡੇ ਧੋ ਦੂਗਾ, ਤੇ ਉਹ ਦਿਨ ਹੈਗਾ ਸਾਡਾ ਆ। ਇਹ ਦਿਨ ਵਾਰੀ ਸਿਰ ਬਦਲਦੇ ਰਹਿੰਦੇ ਆ। ਇੱਕ ਸਾਡਾ ਛੋਟਾ ਕਾਕਾ ਰੋ ਰਿਹਾ ਵਾ। ਕਾਕਾ ਕਿਉਂ ਰੋ ਰਿਹਾ? ਕੀ ਹੋਇਆ ਲੱਡੂ? ਕੀ ਹੋਇਆ? ਇੱਕ ਦੂਜੇ ਨੂੰ ਮਾਰੀ ਜਾਂਦੇ ਹੋ? ਹੈ ਕੁਛ ਦਵਾਂ ਮੈਂ, ਕੋਈ ਵੱਡੀ ਜਿਹੀ ਚੀਜ਼ ਦਵਾਂ? ਪਤਾ ਤਾਂ ਲੱਗੇ ਮਾਰਿਆ। ਉਹ ਦੇਖੋ, ਉਹ ਆਹ ਦੇਖੋ ਜੀ, ਇਹ ਜਦੋਂ ਵੀ ਮਾਰਦੀ ਇਹ ਹੱਸਦੀ ਹੁੰਦੀ ਆ ਤੇ ਆਹ ਦੇਖੋ ਇਹ ਵਿਚਾਰਾ ਰੋਣ ਨੂੰ ਰੱਖਿਆ ਹੋਇਆ ਸੀ। ਆਹ ਦੇਖ ਲਓ ਜੀ ਗਾਈਜ਼, ਇਹ ਮੇਰੀ ਨਿਕੰਮੀ ਔਲਾਦ। ਕਮਰੇ ਦੇ ਵਿੱਚ ਝਾੜੂ ਲਗਾਵਾਂ ਮੈਂ, ਪੋਚੇ ਵੀ ਲਗਾਵਾਂ ਮੈਂ, ਤੇ ਇਹਨਾਂ ਦੇ ਤੇ ਆਪਣੇ ਸਾਰਿਆਂ ਦੇ ਪਾਪੀ ਢਿੱਡਾਂ ਨੂੰ ਵੀ ਭਰਾਂ ਮੈਂ। ਤੇ ਇਹਨਾਂ ਦੇ ਪਾਪੀ ਢਿੱਡ ਭਰਨ ਲਈ ਅੱਜ ਮੈਨੂੰ ਕਰਨਾ ਪਤਾ ਕੀ ਪਿਆ ਵਾ? ਤੇ ਅੱਜ ਇਹਨਾਂ ਦੇ ਲਈ ਨਾ ਮੈਨੂੰ ਪਤਾ ਕੀ ਕਰਨਾ ਪਿਆ, ਮੂਲੀਆਂ ਨੂੰ ਬੜੀ ਬੇਰਹਿਮੀ ਦੇ ਨਾਲ ਕਤਲ ਕਰਨਾ ਪਿਆ। ਮੈਂ ਪਹਿਲਾਂ ਉਹਨਾਂ ਨੂੰ ਛਿੱਲਿਆ ਔਰ ਘਿਸ ਘਿਸ ਕੇ ਕੱਦੂਕਸ ਕਰਕੇ ਪਰਾਂਠੇ ਬਣਾ ਕੇ ਇਹਨਾਂ ਦੇ ਢਿੱਡਾਂ 'ਚ ਪਾਏ ਕਿ ਇਹ ਸ਼ਾਇਦ ਮੇਰੇ ਨਾਲ ਥੋੜ੍ਹਾ ਬਹੁਤ ਕੋਈ ਕੰਮ ਕਰਵਾ ਦੇਣਗੇ। ਇਹ ਤੁਹਾਨੂੰ ਵੀਡੀਓ 'ਚ ਤਾਂ ਰੋਜ਼ ਹੀ ਦੱਸਦੇ ਆ, ਇਹ ਮੈਨੇ ਕੀ ਆ, ਇਹ ਮੈਨੇ ਕੀ ਆ, ਇਹ ਮੈਨੇ ਕੀ ਆ, ਪਰ ਸਾਰਾ ਕੁਝ ਇਸ ਅਬਲਾ ਨਾਰੀ ਨੇ ਕੀਤਾ ਹੁੰਦਾ। ਆਹ ਦੇਖੋ ਗਾਈਜ਼, ਇੱਥੇ ਚੱਲ ਰਿਹਾ ਧੋਬੀ ਘਾਟ। ਇਹ ਆਹ ਦੇਖੋ, ਇਹ ਸਾਰੇ ਕੰਮ ਮੇਰੇ ਹੁੰਦੇ ਆ। ਤੁਹਾਨੂੰ ਮੈਂ ਮਿਲਾ ਰਹੀ ਆਪਣੀ ਫੈਮਿਲੀ ਦੇ ਸਭ ਤੋਂ ਖਾਸ ਪਰਸਨ। ਇਹ ਹਿਟਲਰ ਵੀ ਬਣ ਜਾਂਦੇ ਕਦੀ ਕਦੀ, ਪਰ ਕਦੀ ਕਦੀ ਬਹੁਤ ਸੌਫਟ ਵੀ ਬਣ ਜਾਂਦੇ ਆ। ਤੇ ਗੁੱਡ ਮਾਰਨਿੰਗ ਕਰੋ ਪੂਰੇ ਜੋਸ਼ੋ ਖਰੋਸ਼ ਨਾਲ। ਗੁੱਡ ਮਾਰਨਿੰਗ। ਆਵਾਜ਼ ਨਹੀਂ ਆਈ, ਮਾਈਕ ਲਗਾਓ। ਮੈਨੂੰ ਨਹੀਂ ਸੁਣਿਆ, ਉੱਚੀ ਬੋਲੋ। ਜੈ ਮਾਤਾ ਦੀ। ਹੁਣ ਪਤਾ ਲੱਗਿਆ, ਜੈ ਮਾਤਾ ਦੀ। ਗਾਈਜ਼, ਤੁਸੀਂ ਸੁਣ ਤਾਂ ਲਿਆ ਹੀ ਆ, ਗਲੀ ਦੇ ਵਿੱਚ ਆ ਗਿਆ ਸਬਜ਼ੀ ਵਾਲਾ।
ਕਿਉਂਕਿ ਅਸੀਂ ਓਵਰਆਲ ਸਾਡੇ ਕੰਮ ਖਤਮ ਹੋਣ ਵਾਲੇ ਆ, ਕੱਪੜੇ ਮੇਰੇ ਧੁੱਲਣ ਵਾਲੇ ਆ, ਉਸ ਤੋਂ ਬਾਅਦ ਤੁਹਾਨੂੰ ਪਤਾ ਫਰੈਸ਼ ਹੋ ਕੇ ਕਿਚਨ ਦੇ ਵਿੱਚ ਹੀ ਵੜਨਾ ਹੁੰਦਾ, ਅਸੀਂ ਹੋਰ ਕੀ ਕਰਨਾ ਹੈ ਨਾ ਵੀ। ਅਤੇ ਸਬਜ਼ੀ ਵੱਲ ਆ ਗਿਆ, ਪਰ ਅਸੀਂ ਇੱਥੋਂ ਸਬਜ਼ੀ ਬਿਲਕੁਲ ਨਹੀਂ ਲੈਣੀ ਕਿਉਂਕਿ ਸਾਡੀ ਸਬਜ਼ੀ ਅਸੀਂ ਸਬਜ਼ੀ ਮੰਡੀ ਤੋਂ ਮੰਗਵਾਉਂਦੇ ਹਾਂ, ਕਿਉਂਕਿ ਇੱਥੋਂ ਅਸੀਂ ਗਲੀਆਂ 'ਚ ਥੋੜ੍ਹੇ ਥੋੜ੍ਹੇ ਪੈਸੇ ਬਚਾ ਕੇ ਤਾਂ ਮੇਕਅਪ ਦੇ ਸਮਾਨ ਵੀ ਤਾਂ ਇਕੱਠੇ ਕਰਨੇ ਆ। ਕਈ ਤੁਹਾਨੂੰ ਸਾਡੇ ਘਰ ਦੇ ਵਿੱਚ ਠੱਕ ਠੱਕ ਦੀਆਂ ਆਵਾਜ਼ਾਂ ਆ ਰਹੀਆਂ ਹੋਣਗੀਆਂ ਨਾ, ਮੈਂ ਬਹੁਤ ਟੈਨਸ਼ਨ 'ਚ ਆ ਗਈ ਸੀ ਅਤੇ ਮੈਂ ਸਾਰਾ ਘਰ ਲੱਭ ਲਿਆ ਵੀ ਆ ਕਿੱਥੋਂ ਰਹੀ ਹਾਂ, ਕਿਤੇ ਸਾਡੇ ਘਰ ਦੇ ਵਿੱਚ ਦਿਨ ਦਿਹਾੜੇ ਕੋਈ ਚੋਰ ਤਾਂ ਨਹੀਂ ਆਉਣ ਦੀ ਕੋਸ਼ਿਸ਼ ਕਰ ਰਿਹਾ। ਪਰ ਜਦੋਂ ਮੈਂ ਇੱਕ ਜਗ੍ਹਾ ਮੈਨੂੰ ਇੱਦਾਂ ਦੀ ਮਿਲੀ, ਜਦੋਂ ਉੱਥੇ ਆ ਕੇ ਦੇਖਿਆ ਤਾਂ ਮੈਂ ਆਪਣੇ ਮੱਥੇ 'ਤੇ ਹੱਥ ਮਾਰਿਆ ਕਿ ਆਹ ਕੀ, ਆਹ ਤਾਂ ਅੱਜ ਸਾਡੀ ਪੱਲਵੀ ਹੈ ਨਾ ਜਿਹੜੀ, ਇਹ ਘਰ ਦੇਸੀ ਜਿੰਮ ਲਾ ਰਹੀ ਆ। ਆਹ ਦੇਖੋ ਅੱਜ ਇਹ ਘਰ ਬੈਠ ਕੇ ਲੱਗੀ ਹੋਈ ਆ, ਨਮਕ ਨੂੰ ਕੁੱਟਣ, ਇਹ ਸਾਰਾ ਗੁੱਸਾ ਅੱਜ ਦਾ ਨਮਕ 'ਤੇ ਨਿਕਲ ਗਿਆ ਵਾ। ਮੈਂ ਤੁਹਾਨੂੰ ਸਾਹਮਣੇ ਦਿਖਾ ਰਹੀ ਹਾਂ, ਆਹ ਦੇਖੋ ਅੱਜ ਇਹਨੂੰ ਕੋਈ ਨਹੀਂ ਮਿਲਿਆ ਹੋਰ ਗੁੱਸਾ ਕੱਢਣ ਨੂੰ। ਵੈਸੇ ਤਾਂ ਇਹ ਕਿਸੇ 'ਤੇ ਕੱਢਦੀ ਨਹੀਂ, ਪਰ ਅੱਜ ਮੈਨੂੰ ਲੱਗਦਾ ਬੱਚੇ ਅੜੀਕੇ ਨਹੀਂ ਆਉਂਦੇ ਪਏ। ਹਾਂਜੀ ਗਾਈਜ਼, ਅਸੀਂ ਲਿਸ਼ਕ ਪੁਸ਼ਕ ਲਏ ਹਾਂ, ਕੱਪੜੇ ਛੱਪੜੇ ਸਾਡੇ ਧੁੱਲ ਗਏ ਆ, ਅਤੇ ਹੁਣ ਦੁਪਹਿਰ ਦਾ 1 ਵੱਜਣ ਵਾਲਾ, ਹੁਣ ਵੈਸੇ ਤਾਂ ਸਾਡਾ ਕਿਚਨ ਟਾਈਮ ਆ, ਪਰ ਅਸੀਂ ਥੋੜ੍ਹੀ ਜਿਹੀ ਆਪਣੇ ਪਤੀ ਦੇਵ ਦੀ ਲੱਗੇ ਹਾਂ ਸੇਵਾ ਕਰਨ। ਕਹਿਣ ਦਾ ਮਤਲਬ ਕਿ ਉਹਨਾਂ ਨੂੰ ਫਰੂਟ ਸ਼ਰੂਟ ਖਵਾ ਲਈਏ, ਫਿਰ ਕੋਈ ਡਿਮਾਂਡ ਕਰਨੀ ਪੈ ਜਾਂਦੀ ਆ, ਅਤੇ ਉਹ ਡਿਮਾਂਡ ਜੇ ਪੂਰੀ ਕਰਾਉਣੀ ਆ ਤਾਂ ਫਿਰ ਮਸਕਾ ਤਾਂ ਮਾਰਨਾ ਹੀ ਪੈਣਾ ਨਾ। ਹੁਣ ਅਸੀਂ ਖਾਣ ਲੱਗੇ ਹਾਂ, ਕੀ ਖਾਣ ਲੱਗੇ? ਮੈਂ ਤਾਂ ਸੰਤਰਾ ਖਾਣ ਲੱਗਿਆ। ਖਾਣ ਕਿਹੜੇ ਲੱਗੇ, ਛਿੱਲ ਕੇ ਤਾਂ ਮੈਂ ਲੈ ਕੇ ਆਈ ਹਾਂ, ਇਹਦਾ ਮਤਲਬ ਮੈਂ ਖਵਾਉਣ ਲੱਗੀ ਹਾਂ। ਆਹ ਚੈੱਕ ਕਰ ਲਓ ਗਾਈਜ਼, ਆਹ ਦੇਖੋ ਜੀ ਇਹ ਕੀ ਕਹਿ ਰਿਹਾ ਵਾ ਕਿ ਮੁਰਗੀ ਦਾ ਇੱਕ ਹੌਂਸਲਾ ਹੁੰਦਾ, ਉੱਥੇ ਮੁਰਗੀ ਆਂਡੇ ਦਿੰਦੀ ਆ, ਅਤੇ ਜੇ ਤੁਹਾਨੂੰ ਇੱਦਾਂ ਦੇ ਹੌਂਸਲੇ ਦਾ ਕਿਤੇ ਪਤਾ ਲੱਗੇ ਨਾ ਸਾਨੂੰ ਦੱਸ ਜ਼ਰੂਰ ਦੇਣਾ ਕਿੱਥੇ, ਕਿਉਂਕਿ ਇਹਨੂੰ ਹੀ ਪਤਾ, ਹੋਰ ਸਾਡੇ ਘਰ 'ਚ ਕਿਸੇ ਨੂੰ ਨਹੀਂ ਪਤਾ। ਹੈਲੋ ਗਾਈਜ਼, ਦੇਖੋ ਗਾਈਜ਼ ਦੇਖੋ, ਆਹ ਦੇਖੋ ਇੱਕ ਪਹਿਲਾਂ ਇਸ ਅਬਲਾ ਨਾਰੀ ਨੂੰ ਦੇਖੋ, ਸਵੇਰ ਦੇ ਕੱਪੜੇ ਧੋ, ਕਿੰਨੇ ਕੰਮ ਕਰ, ਇੱਕ ਸਾਰੇ ਢਿੱਡਾਂ ਨੂੰ ਭਰ, ਹੁਣ ਜਦੋਂ ਆਪਣੀ ਵਾਰੀ ਆਈ ਮੈਨੂੰ ਕਹਿੰਦੇ ਰੋਟੀਆਂ ਬਣਾਓ ਅਤੇ ਖਾਓ, ਅਤੇ ਮੈਂ ਰੋਟੀ ਬਣਾ ਵੀ ਲਿਆਈ ਹਾਂ। ਆਹ ਦੇਖੋ ਆਹ ਚੈੱਕ ਕਰੋ, ਆਹ ਡੱਬਾ ਭਰਿਆ ਪਿਆ ਜਿੱਦਾਂ ਸਾਰਾ ਮੈਂ ਹੀ ਖਾਣਾ ਹੁੰਦਾ, ਅਤੇ ਹੁਣ ਹੈਗਾ ਵੈਸੇ ਸਾਡਾ ਲੰਚ ਟਾਈਮ, ਅਤੇ ਅਸੀਂ ਤੁਹਾਨੂੰ ਮਿਲਦੇ ਹਾਂ ਲੰਚ ਟਾਈਮ ਤੋਂ ਬਾਅਦ। ਆਹ ਦੇਖੋ ਸਾਰੀ ਫੈਮਲੀ ਬੈਠ ਕੇ ਖਾਣ ਲੱਗੀ, ਅਤੇ ਬਣਾਉਣ ਵਾਲੀ ਕਰਨੀ, ਇਹਨੂੰ ਵੀ ਦੇਖ ਲਓ, ਇਹਨੂੰ ਵੀ, ਆਹ ਭੈੜੀ ਸੜੀ ਉੱਥੇ ਨੂੰ ਵੀ ਦੇਖੋ, ਆਪਣਾ ਦੇਖ ਤੂੰ ਮੈਨੂੰ ਕੀ ਦੱਸਦੀ ਪਈ ਆ। ਆਹ ਦੇਖੋ ਜੀ ਕਿੰਨਾ ਸਾਡੇ ਘਰ ਦੇ ਹਾਲ, ਰੋਟੀਆਂ ਖਾ ਲਈਆਂ ਮੈਂ, ਅਤੇ ਰੋਟੀਆਂ ਖਾ ਕੇ ਉੱਪਰ ਬੈਡ ਦੇ ਉੱਪਰ ਇੱਦਾਂ ਡਿੱਗੇ ਹੋਏ ਆ ਜਿਵੇਂ ਕਹਿੰਦੇ ਕੋਈ ਬਹੁਤ ਲੰਬਾ ਸਫ਼ਰ ਤਿਆਰ ਕਰਕੇ ਆਏ ਹੁੰਦੇ ਆ, ਅਤੇ ਇਹਨਾਂ ਨੂੰ ਗੇੜਾ ਲਗਾਉਣ ਨੂੰ ਕਿਹਾ ਵਾ, ਤਾਂ ਅੱਗੋਂ ਕਹਿੰਦੀ ਪਈ ਹੈ ਜੀ ਮੈਂ ਪੌੜੀਆਂ ਮੋਟਰ ਬੰਦ ਕਰਕੇ ਆਈ ਹੈਗੀ ਹਾਂ, ਇੱਕ ਮੋਟਰ ਬੰਦ ਕਰਕੇ ਇਹਨਾਂ ਦਾ ਗੇੜਾ ਲੱਗ ਗਿਆ ਵਾ। ਦੱਸੋ ਤੁਹਾਡੇ ਘਰ ਦੇ ਵਿੱਚ ਵੀ ਇਸ ਤਰ੍ਹਾਂ ਹੁੰਦਾ ਵਾ ਜੋ ਸਾਡੇ ਘਰ ਦੇ ਵਿੱਚ ਹੋ ਰਿਹਾ ਵਾ? ਹਾਂਜੀ ਗਾਈਸ, ਅੱਧੇ ਘੰਟੇ ਦੀ ਰੈਸਟ ਤੋਂ ਬਾਅਦ ਆਪਾਂ ਤਾਂ ਉੱਠ ਗਏ ਹਾਂ, ਅਤੇ ਗੈਸ 'ਤੇ ਰੱਖ ਦਿੱਤੀ ਹੈ ਚਾਹ, ਲੈ ਲਿਖ ਲਿਆ ਮੇਰਾ, ਮੈਂ 7 ਸਾਲ ਤੋਂ ਲਿਖ ਲਿਆ, ਮੈਂ ਹਰ ਰੋਜ਼ ਸਕੂਲ ਜਾਤਾ ਹੂੰ। ਸੋ ਹੈਲੋ ਗਾਈਸ, ਮੇਰੀ ਟਿਊਸ਼ਨ ਕਲਾਸਿਸ ਖਤਮ ਹੋ ਚੁੱਕੀ ਹੈ, ਸਾਰੇ ਬੱਚੇ ਜਾ ਚੁੱਕੇ ਹੈ, ਅਭੀ ਜਸਟ ਮੈਂ ਫ੍ਰੀ ਕਰਕੇ ਉੱਠੀ ਹੂੰ, ਕਿਉਂਕਿ ਕੁਛ ਬੱਚੋਂ ਕੇ ਬੋਰਡ ਐਗਜ਼ਾਮਸ ਚੱਲ ਰਹੇ, ਤੋ ਟਾਈਮ ਥੋੜ੍ਹਾ ਜ਼ਿਆਦਾ ਦੇਣਾ ਪੜ ਗਿਆ, ਤੋ ਇਸ ਲਈ ਬਸ ਅਬ ਮੈਂ ਫ੍ਰੀ ਹੂੰ, ਅਬ ਹਮ ਆਪਣਾ ਮੀ ਟਾਈਮ ਸਪੈਂਡ ਕਰੇਂਗੇ, ਮਤਲਬ ਥੋੜ੍ਹੀ ਦੇਰ ਕੇ ਲਈ ਰਿਲੈਕਸ ਕਰੇਂਗੇ, ਉਸਕੇ ਬਾਅਦ ਮੈਂ ਕਿਆ ਕਰਨੇ ਵਾਲੀ ਹੂੰ ਮੈਂ ਵੋ ਆਪਕੋ ਬਤਾਤੀ ਹੂੰ। ਨਹੀਂ ਮੈਂ ਤਾਂ ਹੁਣ ਕਹਿ ਰਿਹਾ ਵਾਂ ਕਿ ਪਾਸਤਾ ਬਣਾ ਦਿਓ, ਤੇ ਮੈਂ ਕਿਹਾ ਮੈਂ ਨਹੀਂ ਬਣਵਾਉਣਾ, ਬਣਾ ਦਿਓ ਮਤਲਬ ਹੀ ਨਹੀਂ, ਬਣਾ ਦਿਓ ਨਾ, ਬਣਾ ਦਿਓ ਨਾ, ਲੂਣ ਮਿਰਚਾਂ ਹਲਦੀ ਮਸਾਲਾ, ਵਨ ਟੂ ਥ੍ਰੀ ਫੋਰ ਫਾਈਵ ਸਿਕਸ, ਹੁਣ ਮੇਰੀ ਵਾਰੀ। ਅੱਛਾ ਗਾਈਜ਼ ਕੈਮਰਾ ਘੁਮਾਓ, ਪੂਰੀ ਨੌਲੇਜ ਦਿੱਤੀ ਜਾਏਗੀ ਕੈਮਰਾ, ਮਤਲਬ ਕਿ ਗਾਈਜ਼ ਤੁਸੀਂ ਇਹ ਦੱਸਣਾ ਕਿ ਤੁਸੀਂ ਇਹ ਗੇਮ ਸਾਰਿਆਂ ਨੇ ਕਿਤੇ ਨਾ ਕਿਤੇ ਕਦੀ ਨਾ ਕਦੀ ਤਾਂ ਖੇਡੀਆਂ ਹੀ ਹੋਣੀਆਂ, ਕਿਉਂਕਿ ਅਸੀਂ ਤਾਂ ਆਪਣੇ ਬਚਪਨ 'ਚ ਖੇਡੀ ਆ, ਇਹਨਾਂ ਨੂੰ ਆਉਂਦੀਆਂ ਅੰਗਰੇਜ਼ੀ ਗੇਮਾਂ, ਹੁਣ ਚਲੋ ਹੁਣ ਆ ਜਾਓ, ਇਹ ਹੁਣ ਮੈਦਾਨ 'ਚ ਆਏ ਨੇ, ਕਹਿੰਦੇ ਹੁਣ ਆ ਜਾਓ। ਇਹਨਾਂ ਦੀ ਅੰਗਰੇਜ਼ੀ ਗੇਮਾਂ ਮਤਲਬ ਸਟਾਪੂ, ਬਾਂਦਰ ਕਿੱਲਾ, ਕੋਟਲਾ ਚਪਾਕੀ, ਪੀਰ ਪਲੰਗੜਾ, ਆ ਤਾਂ ਮੈਨੂੰ ਸਮਝ ਆ ਨਹੀਂ, ਬਹੁਤ ਹਾਈ ਫਾਈ ਇੰਗਲਿਸ਼ ਹੈ। ਚਲੋ ਹੁਣ ਦੇਖੋ, ਆ ਦੇਖੋ ਜੀ ਕੁੜੀ ਆਪਣੀ ਮੰਮਾ ਨੂੰ ਲੱਗੀ ਆ ਮਾਰਨ,
ਧਾਰਾ ਪਾਓ ਇਹਦੇ ਤੇ, ਮਿਰਚ ਮਸਾਲਾ। ਮੇਰੀ ਵਾਰੀ, ਮੇਰੀ ਵਾਰੀ, ਤੂੰ ਵੜ ਇੱਧਰ, ਮੈਂ ਕਰਦਾ ਥੋੜਾ ਤਾਂ ਪਸੰਦ ਆ ਹੀ ਜਾਊਗਾ ਨਾ। ਜੇ ਥੋੜਾ ਵੀ ਆਂਦਾ ਨਾ, ਇੰਨਾ ਕੁ ਪਸੰਦ ਆ ਜਾਏ, ਬਸ 15-20 ਲਾਈਕ ਕਰ ਦੇਣਾ, 15-20 ਲਾਈਕ ਕਰ ਦੇਣਾ, ਕਿਉਂਕਿ ਮੇਰੇ ਟੱਬਰ 'ਚ ਅਜੇ ਤੱਕ ਕਿਸੇ ਦਾ ਵੀ ਨਹੀਂ ਹੋਏ, ਤੇ ਮੇਰੇ ਜ਼ਰੂਰ ਕਰ ਦੇਣਾ। ਇਹਦੇ ਨਾਲ ਹੀ ਅਸੀਂ ਆਪਣਾ ਬਲੌਗ ਕਰਦੇ ਹਾਂ ਖਤਮ।